ਮੈਨੂੰ 81 ਦੇ ਵਿੱਚ ਇਸ ਕਰਕੇ ਜੌਬ ਮਿਲੀ ਸੀ ਕਿ ਮੈਨੂੰ ਗੋਰਿਆਂ ਦੀ ਕੰਪਨੀ ਨੇ ਪੁੱਛਿਆ ਸੀ ਕਿ ਤੈਨੂੰ ਪੰਜਾਬੀ ਆਉਂਦੀ ਹੈ, ਲੋਕ ਪੰਜਾਬੀ ਆਉਂਦੇ ਨੇ, ਸਾਡੇ ਨਾਲ ਬਿਜ਼ਨਸ ਨਹੀਂ ਕਰਦੇ। ਉਸ ਜੌਬ ਨੇ ਅੱਜ ਕੀ ਵਾਰ ਨੂੰ ਕੈਨੇਡਾ ਦੇ ਵਿੱਚ ਟੌਪ ਦੇ ਬਿਜ਼ਨਸ 'ਤੇ ਬਣਾਇਆ ਅਤੇ ਕੀ ਮੇਰਾ ਫਾਜ਼ੀ ਨੇ ਉਸ ਮਾਂ ਬੋਲੀ ਉਹਦੇ ਨੂੰ ਕਦੇ ਲੱਗਦਾ ਹੋਵੇਗਾ ਵੀ ਬਿਜ਼ਨਸ ਵਾਲਾ ਬੰਦਾ ਪਤਾ ਨਹੀਂ ਕਦੀ ਇੱਧਰ ਕਦੀ ਇੱਧਰ ਸਾਰੀ ਦੁਨੀਆ 'ਤੇ ਭੁੱਲ ਜਾਂਦਾ। ਮੇਰਾ ਉਹ ਟਾਈਮ ਆ ਗਿਆ ਕਿ ਸਮਥਿੰਗ ਟੂ ਬੈਕ ਟੂ ਆਪਣੀ ਮਾਂ ਬੋਲੀ, ਉਤਸ਼ਾਹ ਕਰ ਰਹੇ ਹਾਂ ਵੀ ਆਓ ਆਪਾਂ ਰਲ ਕੇ ਮਾਂ ਬੋਲੀ ਦੀ ਸੇਵਾ ਕਰੀਏ। ਮੈਂ ਤਾਂ ਮੁਹੱਬਤ ਨਾਲ ਇਸ ਮੁਹੱਬਤ 'ਚ ਜਾਨ ਬੜੀ ਹੈ ਅਤੇ ਸੁੱਖੀ ਬਾਣ ਇੱਥੋਂ ਜਾ ਕੇ ਕੈਨੇਡਾ 'ਚ ਆਲਮੋਸਟ 30 ਸਦੀ ਬੜੀ ਛੋਟੀ ਉਮਰ 'ਚ ਗਿਆ ਮੈਂ 30 ਸਦੀ ਉੱਥੇ ਰਹਿ ਕੇ ਆਪਣੇ ਪੰਜਾਬ ਨੂੰ ਮੁਹੱਬਤ ਕਰ ਸਕਦਾ, ਮੈਂ ਆਪਣੇ ਲੋਕਾਂ ਨੂੰ ਮੁਹੱਬਤ ਕਰ ਸਕਦਾ। ਮੈਨੂੰ ਮੁਹੱਬਤ ਦੀਆਂ ਬਾਤਾਂ ਪਾਉਣ 'ਚ ਬੜਾ ਸ਼ੌਕ ਹੈ ਬਿਕੋਜ਼ ਆਈ ਲਵ ਮੁਹੱਬਤ। ਅਤੇ ਤੁਸੀਂ ਵੀ ਪਲੀਜ਼ ਰੰਗ ਹੋ ਜਾਓ ਜੇ ਰੰਗ ਹੁੰਦਾ ਮੁਹੱਬਤ 'ਚ, ਧੌਣ ਚੜਿਓ, ਕੀਲੇ ਕੱਟ ਲਓ, ਜੈਲਸ ਵਾਲੀ ਚੀਜ਼ ਬੰਦ ਕਰ ਦਿਓ, ਨੀਂਦ ਆਓ ਉਦੋਂ ਜਦੋਂ ਮਨ ਇਸ ਤੋਂ ਤਾੜ ਕੇ ਨਹੀਂ ਕੁਛ ਨਹੀਂ ਭੁੱਲਣਾ, ਲਿਫ ਜੋ ਜਿੰਨਾ ਲਿਫ ਹੁੰਦਾ। ਦੁਖੀ ਬੰਦਾ ਪਤਾ ਕੌਣ ਹੈ? ਜਿਹਦੇ ਕੋਲ ਪੈਸੇ, ਉਹਨੂੰ ਪੈਸੇ ਹੀ ਤੁਹਾਰੇ ਹੋਬੀ ਤੋਂ ਹੋਏ ਹੀ ਨਹੀਂ, ਉਹਨੂੰ ਕਿਸੇ ਚੀਜ਼ ਨਾਲ ਪਿਆਰ ਤਾਂ ਹੋਇਆ ਹੀ ਨਹੀਂ। 6 ਦਿਨ 8 ਦਿਨ 12 ਘੰਟੇ 18 ਘੰਟੇ ਨਾ ਨਿਆਣੇ ਘਰ ਰਹੇ, ਨਾ ਕੋਈ ਹੋਬੀ ਆ ਕੋਲ, ਲੱਖਾਂ ਕਰੋੜਾਂ ਰੁਪਏ ਅਕਾਊਂਟ 'ਚ ਪਏ ਨੇ, ਨੀਂਦ ਦੀ ਗੋਲੀ ਲੈਣੀ ਉਹ ਲਾਣ ਦੀ ਇੱਦਾਂ ਦੀ ਫੀਲ ਨੇ। ਸੋ ਪਿਆਰ ਦੀਆਂ ਬਾਤਾਂ ਪਾਓ। ਮੈਂ ਅਕਸਰ ਇਹ ਕਹਿੰਦਾ ਹੁੰਦਾ ਵੀ ਮੇਰੀ ਕਾਮਯਾਬੀ ਦੇ ਪਿੱਛੇ ਜਿਹੜਾ ਮੈਂ ਹਥਿਆਰ ਵਰਤਿਆ ਉਸ ਹਥਿਆਰ ਦਾ ਨਾਂ ਹੈ ਮੁਹੱਬਤ। ਪਲੀਜ਼ ਵਰਤੋ। ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਸੁੱਖੀ ਬਾੜਜੀ ਵੱਲੋਂ ਅੱਜ ਜਲੰਧਰ ਦੇ ਵਿੱਚ ਕਿਰਪਾਲ ਕੌਰ ਦੀ ਲਿਖੀ ਹੋਈ ਪੁਸਤਕ ਪਿੰਡ ਦੀ ਕਰਾਮਾਤ ਰਿਲੀਜ਼ ਕੀਤੀ ਗਈ। ਇਸ ਦੇ ਨਾਲ ਹੀ ਸੁੱਖੀ ਬਾੜਜੀ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਸ਼ਾਇਰ ਸੁਭਾਸ਼ ਪਾਰਸ ਦਾ ਪਲੇਠਾ, ਪੰਜਾਬੀ ਕਾਵਿ ਸੰਗ੍ਰਹਿ ਸਰੂਜ ਦੀ ਦਾਸਤਾਨ ਵੀ ਕਿਤਾਬ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਵਿੱਚ ਨਾਮਵਰ ਸ਼ਾਇਰਾਂ, ਲੇਖਕਾਂ, ਕਹਾਣੀਕਾਰਾਂ ਅਤੇ ਬੁੱਧ ਜੀਵੀਆਂ ਨੇ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿੱਥੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸੁੱਖੀ ਬਾੜਜੀ ਨੇ ਆਏ ਸਾਰੇ ਸਾਹਿਤਕਾਰਾਂ, ਕਹਾਣੀਕਾਰਾਂ ਅਤੇ ਬੁੱਧ ਜੀਵੀਆਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਉੱਥੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦਾ ਸੁਨੇਹਾ ਵੀ ਦਿੱਤਾ। ਸਾਹਿਤਕਾਰਾਂ ਨਾਲ ਮੈਨੂੰ ਪੇਸ਼ ਕਰ ਕਿਉਂ ਹੈ? ਇੱਕ ਤਾਂ ਤੁਸੀਂ ਸਮਾਜ ਦਾ ਇੱਕ ਅਨਮੋਲ ਅੰਗ ਹੋ, ਤੁਸੀਂ ਜੋ ਲਿਖਦੇ ਹੋ ਸਲਾਮ ਤੁਹਾਨੂੰ, ਜੋ ਤੁਸੀਂ ਸਾਨੂੰ ਦੇ ਰਹੇ ਹਾਂ, ਜੋ ਸਮਾਜ ਤੁਹਾਤੋਂ ਉਹਨਾਂ ਕਿਤਾਬਾਂ ਨੂੰ ਸਿੱਖ ਸਕਦਾ, ਮੈਨੂੰ ਇੱਦਾਂ ਲੱਗਦਾ ਵੀ ਇੱਕ ਐਸਾ ਅਦਾਰਾ ਆ ਜਿਹਨੂੰ ਬਹੁਤ ਵੱਡੇ ਸਲਾਰੇ ਦੀ ਲੋੜ ਹੈ। ਤੁਸੀਂ ਬਹੁਤ ਵਧੀਆ ਕਰ ਰਹੇ ਹੋ, ਪਰ ਅਸੀਂ ਇਹਨੂੰ ਹੋਰ ਵੀ ਵਧੀਆ ਕਰ ਸਕਦੇ ਹਾਂ ਨਾਲ ਮਿਲ ਕੇ। ਜਿੱਥੇ ਤੁਸੀਂ ਸਾਹਿਤ ਵਧੀਆ ਲਿਖਦੇ ਹੋ, ਵਧੀਆ ਰਚਨਾਵਾਂ ਲਿਖਦੇ ਹੋ, ਪਰ ਮੈਨੂੰ ਇੱਥੇ ਤੁਹਾਡੇ ਨਾਲ ਸਾਂਝ ਪਾਉਣ ਨੂੰ ਥੋੜ੍ਹਾ ਜਿਹਾ ਮਨ 'ਚ ਹੈਗਾ ਵੀ ਅਸੀਂ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਬੜੇ ਕਾਮਯਾਬ ਨਹੀਂ ਹੈਗੇ। ਬਹੁਤ ਛੋਟੀਆਂ ਬੋਲੀਆਂ ਪੰਜਾਬੀ ਨਾਲੋਂ ਵੱਧ ਪ੍ਰਫੁੱਲਿਤ ਹੋ ਰਹੀਆਂ ਨੇ। ਉਹਨਾਂ ਦੀਆਂ ਕਿਤਾਬਾਂ ਦੇਖੋ ਹਜ਼ਾਰਾਂ ਦੇ ਵਿੱਚ ਦੇਖ ਰਹੀਆਂ ਨੇ, ਅਸੀਂ 100-100, 200-200 ਕਿਤਾਬਾਂ ਛਾਪੀਏ ਛੋੜਿਆ ਪੜ੍ਹਦੇ। ਉਹਦੇ ਲਈ ਮੇਨ ਕਾਰਨ ਕੀ ਆ? ਟੈਕਨੋਲੋਜੀ ਦਾ ਸਹਾਰਾ ਨਹੀਂ ਅਸੀਂ ਲੈਂਦੇ। ਮੇਰੇ ਸਾਹਿਤਕਾਰ, ਮੈਂ ਮਾਫ਼ੀ ਚਾਹਾਂਗਾ, ਬੜੀ ਮੁਹੱਬਤ ਹੈ ਸਾਰਿਆਂ ਨਾਲ, ਅਸੀਂ ਟੈਕਨੋਲੋਜੀ ਦੇ ਸਹਾਰੇ ਨਹੀਂ ਚੱਲ ਰਹੇ। ਅਸੀਂ ਉਹੀ ਜੋ ਹੁੰਦਾ ਆਇਆ ਰਿਹਾ ਉਹੀ ਹੁੰਦਾ, ਅੱਜ ਵੀ ਉਹੀ ਹੋ ਰਿਹਾ ਹੈ, ਇਹਦੇ ਵਿੱਚੋਂ ਅਸੀਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਭਵਨ ਦੀ ਜਿਹੜੀ ਬਣਤਰ 2016 ਦੇ ਵਿੱਚ ਅਕਤੂਬਰ ਨੂੰ ਆਪਾਂ ਨੂੰ ਆਪਰੇਸ਼ਨ ਕੀਤਾ ਸੀਗਾ, ਇੱਕ ਸੋਚ ਲੈ ਕੇ ਤੁਰੇ ਸੀ ਜਿਹਨੂੰ ਵਧੀਆ ਫਲ ਲੱਗ ਰਿਹਾ ਹੈ ਔਰ ਕੋਸ਼ਿਸ਼ ਬੜੀ ਪੱਧਰੀ ਹਾਈ ਐਂਡ 'ਤੇ ਚੱਲ ਰਹੀ ਆ ਕਿ ਅਸੀਂ ਹੋਰ ਵੀ ਵਧੀਆ ਕਰੀਏ। ਕਿਉਂ ਪੰਜਾਬ ਭਵਨ ਦੀ ਇਨੋਗਰੇਸ਼ਨ ਦਾ ਅਤੇ ਇਹ ਕਿਹਾ ਗਿਆ ਸੀ ਵੀ ਹਰ ਧਰਮ ਲਈ, ਹਰ ਬੋਲੀ ਲਈ ਇਹ ਪੰਜਾਬ ਭਵਨ ਖੁੱਲ੍ਹਾ ਹੈ ਅਤੇ ਮਾਂ ਬੋਲੀ ਦੀ ਮਨੋਰਤਾ ਨੇ ਅਸੀਂ ਕੰਮ ਕਰਾਂਗੇ। ਅਤੇ ਮੈਨੂੰ ਤੁਹਾਡੇ ਨਾਲ ਸਾਂਝ ਪਾਉਣੇ ਨੂੰ ਵੀ ਖੁਸ਼ੀ ਹੈ ਕਿ 22-24 ਸਮਾਗਮ ਮਹੀਨੇ ਦੇ 4,000 ਦੇ ਲੋਕ ਕਰੀਬ ਲੋਕ ਮਹੀਨੇ ਦੇ ਉਸ ਪੰਜਾਬ ਭਵਨ ਚੱਲਦੇ ਨੇ। ਮੈਗਜ਼ੀਨ ਹੈ, ਪੰਜਾਬੀ ਸਕੂਲ ਚੱਲਦਾ ਹੈ, ਅਤੇ ਦੁਨੀਆ ਭਰ ਦੇ ਵਿੱਚ ਪਰਸਮੀ ਮਜਾ ਕੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਵੱਖਰੀਆਂ ਵੱਖਰੇ ਸਮਾਗਮ ਹੁੰਦੇ ਨੇ, ਉੱਥੇ ਆਪਣਾ ਯੋਗਦਾਨ ਪਾਉਂਦੇ ਹਾਂ ਕਿਉਂਕਿ ਅਸੀਂ ਮਾਂ ਬੋਲੀ ਨੂੰ ਬੜੀ ਮੁਹੱਬਤ ਕਰਦੇ ਹਾਂ। ਤੁਹਾਡੇ ਮਨ ਦੇ ਵਿੱਚ ਇੱਕ ਜ਼ਰੂਰ ਆਏਗਾ ਵੀ ਇੱਕ ਬਿਜ਼ਨਸਮੈਨ
ਬੰਦਾ 4 ਘੰਟਿਆਂ ਦਾ ਇੱਥੇ ਕਿਉਂ ਬੈਠਾ ਹੈ। ਤੇ ਉਸ ਤੋਂ ਪਹਿਲਾਂ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਅਹਿਸਾਸ ਕਰੋ ਜੋ ਤੁਹਾਡੇ ਕੋਲ ਆ ਨਾ, ਸ਼ਾਇਦ ਸਾਨੂੰ ਪਤਾ ਨਹੀਂ ਹੈ ਤੁਹਾਡੇ ਕੋਲ ਕੀ ਹੈ। ਸਵਾਲ ਜੀ ਨੇ ਕਿਤਾਬ ਲਿਖੀ, ਕਾਸ਼ ਕਾਸ਼ ਮੈਂ ਇੱਦਾਂ ਦੀ ਕਿਤਾਬ ਲਿਖ ਸਕਦਾ। ਅਸੀਂ ਬਿਜ਼ਨਸ ਕਰਨਾ ਜਾਣਗੇ ਪਰ ਸਾਨੂੰ ਰੱਬ ਵੱਲੋਂ ਦਾਤ ਨਹੀਂ ਮਿਲੀ ਲਿਖਣ ਦੀ। ਮੈਨੂੰ 81 ਦੇ ਵਿੱਚ ਇਸ ਕਰਕੇ ਜੋਬ ਮਿਲੀ ਸੀ ਕਿ ਮੈਨੂੰ ਗੋਰਿਆਂ ਦੀ ਕੰਪਨੀ ਨੇ ਪੁੱਛਿਆ ਸੀ ਕਿ ਤੈਨੂੰ ਪੰਜਾਬੀ ਆਉਂਦੀ ਹੈ, ਲੋਕ ਪੰਜਾਬੀ ਆਉਂਦੇ ਨੇ, ਸਾਡੇ ਨਾਲ ਬਿਜ਼ਨਸ ਨਹੀਂ ਕਰਦੇ। ਉਸ ਜੋਬ ਨੇ ਅੱਜ 81 ਨੂੰ ਕੈਨੇਡਾ ਦੇ ਵਿੱਚ ਟੌਪ ਦੇ ਬਿਜ਼ਨਸ 'ਤੇ ਬਣਾਇਆ। ਆਪਣੇ ਪਲਾਨ ਚੱਲ ਰਹੇ ਨੇ, ਮੈਂ ਬੜੀ ਬਿਜ਼ਨਸ ਕਮਿਊਨਿਟੀ ਨੂੰ ਬੜਾ ਉਤਸ਼ਾਹ ਕਰ ਰਿਹਾ ਕਿ ਆਓ ਆਪਾਂ ਰਲ ਕੇ ਮਾਂ ਬੋਲੀ ਦੀ ਸੇਵਾ ਕਰੀਏ ਕਿ ਜਿੱਥੇ ਤੁਸੀਂ ਵਧੀਆ ਲਿਖ ਸਕਦੇ ਹੋ ਅਤੇ ਸ਼ਾਇਦ ਉੱਥੇ ਤੁਸੀਂ ਇੰਨਾ ਇਹਨੂੰ ਪ੍ਰਮੋਟ ਨਹੀਂ ਕਰ ਸਕਦੇ। ਤੋ ਬਿਜ਼ਨਸਮੈਨ ਦੀ ਮੇਰੀ ਆਪਣੀ ਬੈਕਗਰਾਊਂਡ ਹੈ, ਮਾਰਕੀਟਿੰਗ ਦੇ ਵਿੱਚ ਮਾਸਟਰੀ ਕੀਤੀ ਹੈ, ਕਿਸੇ ਚੀਜ਼ ਨੂੰ ਪ੍ਰਫੁੱਲਿਤ ਕਰਨਾ ਆਉਂਦਾ ਥੋੜ੍ਹਾ ਜਿਹਾ, ਸੋ ਇਸ ਕਰਕੇ ਕੋਸ਼ਿਸ਼ ਕਰਦੇ ਰਹੀਦਾ ਹੈ। ਇੱਕ ਤਾਂ ਦੋਸਤੋ ਸ਼ਾਇਦ ਇਸ ਸਾਲ ਬਹੁਤ ਸਾਰੇ ਤੁਸੀਂ ਬੈਠੇ ਹਾਂ, ਲੇਟ ਆ ਆਪਣਾ ਐਨੂਅਲ ਬੈਂਕ ਹੁੰਦਾ, ਹਰੇਕ ਸਾਲ ਹੁੰਦਾ 600-700 ਰੁਪਏ ਤੋਂ ਦੀ ਗੈਦਰਿੰਗ ਹੁੰਦੀ ਹੈ, ਅਕਤੂਬਰ 8-9 ਨੂੰ ਹੈ। ਜੇ ਕਿਸੇ ਕੋਲ ਕੈਨੇਡੀਅਨ ਵੀਜ਼ਾ ਹੈਗਾ, ਨਵਾਂ ਵੀਜ਼ਾ ਨਹੀਂ ਸੀ ਬਣਨਾ, ਤਾਂ ਵੈਲਕਮ, ਅਸੀਂ ਤੁਹਾਡੀ ਟਰਾਂਸਪੋਰਟੇਸ਼ਨ, ਤੁਹਾਡਾ ਰਹਿਸ਼, ਤੁਹਾਡਾ ਖਾਣਾ ਪੀਣਾ, ਤੁਹਾਨੂੰ ਘੁਮਾਉਣਾ ਅਤੇ ਮੁੜ ਕੇ ਜਹਾਜ਼ ਚੜਾਉਣਾ ਸਾਰਾ ਅਸੀਂ ਪੇ ਕਰਦੇ ਹਾਂ। ਅਤੇ ਜੇ ਕੋਈ ਵੀਜ਼ਾ ਹੋਵੇ ਤਾਂ ਵੈਲਕਮ, ਤੁਸੀਂ ਜ਼ਰੂਰ ਸਾਡਾ ਸੰਪਰਕ ਕਰ ਲਿਓ। ਦੋਸਤੋ ਬਹੁਤ ਮਾਣ ਵਧਿਆ ਤੁਹਾਡੇ ਨਾਲ, ਇਸ ਕਮਰੇ ਦੀ ਤੁਸੀਂ ਜਾਓਗੇ ਤਾਂ ਮਿੱਟੀ ਨੂੰ ਥੱਲੇ ਜ਼ਮੀਨ ਨੂੰ ਹੱਥ ਲਾ ਕੇ ਮੱਥੇ ਲਾਉਣ ਨੂੰ ਨਹੀਂ ਕਰਦਾ, ਜਦ ਕਿੰਨੇ ਵਧੀਆ ਲੋਕ ਇੱਥੇ ਬੈਠੇ ਨੇ, ਬੜੀ ਇੱਜ਼ਤ ਹੈ ਤੁਹਾਡੇ ਲਈ, ਬੜਾ ਮਾਣ ਹੈ ਤੁਹਾਡੇ ਲਈ। ਰਲ ਕੇ ਚੱਲੋ, ਇਕੱਠੇ ਹੋ ਕੇ ਚੱਲੋ, ਬਟਵਾਲ ਸਾਹਿਬ ਗੁਰਦੁਆਰ ਸਾਹਿਬ ਨੂੰ ਦਿਲਦਾਰ ਰਹੋ। ਮੈਂ ਜਿੰਨਾ ਕੱਜ ਇਹਨਾਂ ਨੂੰ ਦੇਖਿਆ, ਬੜਾ ਕੰਮ ਦਾ ਬੰਦਾ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਕੁਛ ਵੇਖਿਆ, ਬੜੇ ਤਰਾਜ ਦਾ ਵੇਖੇ ਨੇ, ਬੜੇ ਗਰੀਬ ਦੇ ਘਰ ਦਾ ਬੰਦਾ ਜਿਹੜਾ ਰੋਟੀ ਬੜੇ ਦਿਨ ਸੁੱਤਾ ਹੈ, ਮੁਹੱਬਤ ਬੜੀ ਜਾਨ ਹੈ। ਜਿੱਥੇ ਜਿੱਥੇ ਮੈਂ ਸਿਰਜਣਾ ਕਰਦਾ ਆਮ ਹੀ ਜਾਂਦਾ, ਹਰੇਕ ਮੇਰੇ ਫੰਕਸ਼ਨ ਦੇ ਮੇਰੇ ਬੋਲਾਂ 'ਚ ਤੁਹਾਨੂੰ ਮੁਹੱਬਤ ਲੱਭੂਗੀ। ਮੈਂ ਤਾਂ ਮੁਹੱਬਤ ਨਾਲ ਇਸ ਗਏ, ਮੁਹੱਬਤ 'ਚ ਜਾਨ ਬੜੀ ਹੈ। ਜੇ ਸੁੱਖੀ ਬਾਣ ਇੱਥੋਂ ਜਾ ਕੇ ਕੈਨੇਡਾ 'ਚ ਆਲਮੋਸਟ 30 ਸਦੀ, ਬੜੀ ਛੋਟੀ ਉਮਰ 'ਚ ਗਿਆ ਮੈਂ, 30 ਸਦੀ ਉੱਥੇ ਰਹਿ ਕੇ ਆਪਣੇ ਪੰਜਾਬ ਨੂੰ ਮੁਹੱਬਤ ਕਰ ਸਕਦਾ, ਮੈਂ ਆਪਣੇ ਲੋਕਾਂ ਨੂੰ ਮੁਹੱਬਤ ਕਰ ਸਕਦਾ। ਮੈਨੂੰ ਮੁਹੱਬਤ ਦੀਆਂ ਬਾਤਾਂ ਪਾਉਣ 'ਚ ਬੜਾ ਸ਼ੌਂਕ ਹੈ, ਬਿਕੋਜ਼ ਆਈ ਲਵ ਮੁਹੱਬਤ। ਅਤੇ ਤੁਸੀਂ ਵੀ ਪਲੀਜ਼ ਰੰਗ ਹੋ ਜਾਓ, ਜੇ ਰੰਗ ਹੁੰਦਾ ਮੁਹੱਬਤ, ਧੌਣ ਚੜਿਓ, ਕੀਲੇ ਕੱਢ ਲਓ, ਜੈਲਸ ਵਾਲੀ ਚੀਜ਼ ਬੰਦ ਕਰ ਦਿਓ, ਨੀਂਦ ਆਓ ਉਦੋਂ ਜਦੋਂ ਮਨ ਇਸ ਤੋਂ ਤਾਰ ਕੇ ਨਹੀਂ, ਕੁਛ ਨਹੀਂ ਭੁੱਲਣਾ। ਲਿਫ ਜੋ ਜਿੰਨਾ ਲਿਫ ਹੁੰਦਾ, ਜਿੰਨਾ ਵੀ ਲਿਫ ਹੁੰਦਾ ਲਿਫ ਜੋ, ਜੇ ਤਾਂ ਸਾਡੇ ਮਤਲਬ ਮੈਂ ਚਲੋ ਪੰਜਾਬ 'ਚ ਹੁੰਦੇ ਰਹਿਣਾ, ਪੰਜਾਬ 'ਚ ਵੀ ਹਾਲ ਪਰ ਕੈਨੇਡਾ ਵਿੱਚ ਅੱਜ ਕੱਲ੍ਹ ਸਭ ਤੋਂ ਦੁਖੀ ਬੰਦਾ ਪਤਾ ਕੌਣ ਹੈ? ਜਿਹਦੇ ਕੋਲ ਪੈਸੇ, ਹੁਣ ਪੈਸੇ ਹੀ ਕਮਾਏ, ਹੋਬੀ ਤਾਂ ਕੋਈ ਹੀ ਨਹੀਂ, ਉਹਨੂੰ ਕਿਸੇ ਚੀਜ਼ ਨਾਲ ਪਿਆਰ ਤਾਂ ਹੋਇਆ ਹੀ ਨਹੀਂ। 6 ਦਿਨ, 8 ਦਿਨ, 12 ਘੰਟੇ, 12 ਘੰਟੇ ਨਾ ਨਿਆਣੇ ਘਰ ਰਹੇ, ਨਾ ਕੋਈ ਹੋਬੀ ਆ ਕੋਲ, ਲੱਖਾਂ ਕਰੋੜਾਂ ਰੁਪਏ ਅਕਾਊਂਟ 'ਚ ਪਏ ਨੇ, ਨੀਂਦ ਦੀ ਗੋਲੀ ਲੈਣੀ ਆ ਉਹ ਲਾਣ ਦੀ, ਇੱਦਾਂ ਦੀ ਫੀਲ ਨੇ। ਧੰਨਵਾਦ ਸਾਰਿਆਂ ਦਾ।